ਦੇ ਹੀ ਰਹਿਣ ਵਾਲੇ ਹਾਂ ਕਿਉਂਕਿ ਸਾਡੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਟੈਂਟ ਸਿਟੀ ਬਣਾਈ ਗਈ ਆ ਜਿਹਦੇ ਵਿੱਚ ਇੱਥੇ ਬੀਬੀਆਂ ਬੱਚੇ ਛੋਟੇ ਛੋਟੇ ਉਹਨਾਂ ਦੇ ਰਹਿਣ ਵਾਸਤੇ ਫਰੀ ਸੇਵਾ ਕੀਤੀ ਜਾ ਰਹੀ ਆ ਸਾਡੇ ਬਹੁਤ ਜ਼ਿਆਦਾ ਐਨ ਆਰ ਆਈ ਵੀਰ ਆ ਜਿਨ੍ਹਾਂ ਨੇ ਕਿਹਾ ਵੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ ਔਰ ਟੈਂਟ ਦੀ ਜੇ ਹੋਰ ਵੀ ਜ਼ਰੂਰਤ ਪਵੇ ਅਸੀਂ 500 ਤੱਕ ਇਹਦੀ ਕੰਪੈਸਿਟੀ ਰੱਖੀ ਆ ਵੀ ਲਾ ਸਕਦੇ ਹਾਂ ਇਹ ਗਾਉਂ ਵਾਲਿਆਂ ਨੇ ਮਿਲ ਕੇ ਕੁਛ ਬੱਚਾ ਬਾਹਰ ਵੀ ਗਿਆ ਹੈ ਸਭ ਨੇ ਮਿਲ ਕੇ ਲਗਾਇਆ ਹੈ ਸਭ ਲੰਗਰ ਲਗਾਤੇ ਆ ਗਾਉਂ ਵਾਲੇ ਮਿਲ ਕੇ ਸਭ ਦਾ ਸਾਂਝਾ ਹੈ ਜੀ ਹਮ ਆਪਣੇ ਸੇ ਕਰ ਰਹੇ ਹਾਂ ਹਮੇ ਕੋਈ ਫੰਡਿੰਗ ਨਹੀਂ ਦਿੱਤਾ ਕੋਈ ਹਮੇ ਅਮਰੀਕਾ ਸੇ ਜਾਂ ਪਾਕਿਸਤਾਨ ਸੇ ਜਾਂ ਚਾਈਨਾ ਸੇ ਕੋਈ ਫੰਡਿੰਗ ਨਹੀਂ ਆ ਰਹੀ ਇਹ ਹਮਾਰੇ ਘਰ ਕਾ ਹੀ ਸਾਰਾ ਕੰਮ ਹੈ ਹਮਾਰੇ ਘਰ ਸੇ ਹੀ ਪੈਸੇ ਆ ਰਹੇ ਹੈ ਜੀ ਉਹ ਤਾਂ ਬੈਂਕ ਮੇ ਆਤਾ ਕੋਈ ਟੋਲ ਨੰਬਰ ਸੇ ਨਹੀਂ ਆਤਾ ਬੈਂਕ ਮੇ ਆਤਾ ਸਭ ਉਹ ਜੋ ਬਾਹਰ ਹਮਾਰੇ ਆਦਮੀ ਸਭ ਭੇਜਤੇ ਥੋੜ੍ਹਾ ਜੋ ਵੀ ਆਪਣਾ ਥੋੜ੍ਹਾ ਵਾਲਾ ਜਿਤਨਾ ਵੀ ਹੈ ਮਿਲ ਕੇ ਭੇਜਤੇ ਆ ਕੁਛ ਹਮਾਰੇ ਬੱਚੇ ਆ ਬਾਹਰ ਹਾਂਜੀ ਸਭ ਕੇ ਬੱਚੇ ਆਪਕੇ ਬੱਚੇ ਕਹਾਂ ਰਹੇ ਯੂ ਐਸ ਏ ਮੇ ਹੈ ਇਟਲੀ ਮੇ ਹੈ ਬੇਟਾ ਇੱਕ हम लोग कर्जा ले लेके बच्चों को उठा उठा के बाहर भेजते हैं कह के लिए दुखी हो के देश देश से दुखी हो के जे हमारी सरकार हमारे बच्चे नहीं भर्ती करती हैं कितने भी पढ़ जाते हैं रिश्वत हर काम जाएंगे रिश्वतखोरी होएगी हमारा काम कैसे चलेगा इस करके सारे किसान इकट्ठे हो के यहाँ पर आ गए हैं।